ਬਹੁਤ ਜ਼ਿਆਦਾ ਜਿਹੜੀ ਔਰਤਾਂ ਦੀ ਨਾ ਇੱਜ਼ਤ ਕੀਤੀ ਜਾਂਦੀ ਸੀਗੀ ਹੈ ਨਾ, ਅਤੇ ਸਾਡੇ ਗੁਰੂਆਂ ਪੀਰਾਂ ਨੇ ਵੀ, ਸਾਡੇ ਬਾਬੇ ਨਾਨਕ ਨੇ ਵੀ ਇਹ ਗੱਲ ਕਹੀ ਆ ਵੀ ਸੋ ਕਿਉਂ ਮੰਦਾ ਆਖੀਏ ਜਿਰਜਮੇ ਗਿਆਨ। ਮਤਲਬ ਉਹਦੇ ਵਿੱਚ ਇਹ ਵੀ ਜਿਹੜੇ ਔਰਤ ਆ ਜਿਸ ਤੋਂ ਸ੍ਰਿਸ਼ਟੀ ਚੱਲਦੀ ਆ ਹੈ ਨਾ, ਸਾਨੂੰ ਉਹਦੀ ਇੱਜ਼ਤ ਕਰਨੀ ਚਾਹੀਦੀ ਆ। ਬਾਕੀ ਥੋੜ੍ਹੀ ਕਦਰ ਇਹਨਾਂ ਆਪ ਹੀ ਘਟਾ ਲਈ ਜੀ, ਸਮਾਂ ਬੀਤਿਆ ਉਹਨਾਂ ਦਿਨਾਂ ਦੀ ਆਪਾਂ ਗੱਲ ਕਰਦੇ ਹਾਂ ਪ੍ਰਾਂਤਨ ਸਮੇਂ ਦੇ ਵਿੱਚ, ਜਦੋਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਔਰਤ ਦਾ ਜਾਂ ਸਾਡੀ ਧੀ ਭੈਣ ਦਾ ਸਿਰ ਕਦੀ ਨੰਗਾ ਹੋਊਗਾ ਹੈ ਨਾ, ਵੀ ਸਿਰਾਂ ਦੇ ਉੱਤੇ ਚੁੰਨੀਆਂ ਹੋਣੀਆਂ ਹੈ ਨਾ, ਵੀ ਬਿਲਕੁਲ ਇੱਕ ਛੋਟੀ ਬੱਚੀ ਨੇ ਵੀ ਨਾ, ਉਹ ਆਪਾਂ ਕਿਤੇ ਪੁਰਾਣੀਆਂ ਫੋਟੋਆਂ ਆਪਾਂ ਨੂੰ ਦੇਖ ਪੈਣ, ਜ਼ਿਆਦਾ ਨਾ ਦੂਰ ਜਾਈਏ ਕੋਈ 84 ਜਾਂ 90 ਦੇ ਦਹਾਕੇ ਦੇ ਵਿੱਚ ਵੀ, ਵਿਆਹ ਸ਼ਾਦੀਆਂ ਦੇ ਵਿੱਚ ਵੀ ਹੈ ਨਾ, ਚੁੰਨੀਆਂ ਸਿਰ 'ਤੇ ਲਈਆਂ ਹੋਣੀਆਂ ਉਹਨਾਂ, ਅਤੇ ਇੱਕ ਵਧੀਆ ਸੋਹਣੀਆਂ ਲੱਗਦੇ ਸਾਡੇ ਬੱਚੇ ਸਿਰਾਂ 'ਤੇ ਚੁੰਨੀਆਂ ਲੈਣੀਆਂ ਹੈ ਨਾ, ਅਤੇ ਘਰ ਦੀ ਚਾਰ ਦੀਵਾਰੀ ਦੇ ਵਿੱਚ ਵੀ ਮਿਲ ਜੁਲ ਕੇ ਬਹਿਣਾ, ਸਾਰਿਆਂ ਨੂੰ ਮਤਲਬ ਇਸਤਮਾਨ ਦੇਣਾ ਲੜਕੀ ਨੂੰ ਹੈ ਨਾ ਖਾਸ ਕਰਕੇ। ਅਤੇ ਵੇਖੋ ਸਮਾਂ ਬਦਲਿਆ, ਸਮਾਂ ਬਦਲਣ ਦੇ ਨਾਲ ਅਸੀਂ ਹੋਰ ਕਿਸੇ ਨੂੰ ਕੀ ਆਖੀਏ, ਸਾਡੀਆਂ ਧੀਆਂ ਭੈਣਾਂ ਨੇ ਆਪ ਹੀ ਸਿਰਾਂ ਤੋਂ ਚੁੰਨੀਆਂ ਲਾਹ ਦਿੱਤੀਆਂ ਯਾਰ। ਪਹਿਲਾਂ ਤਾਂ ਹੋਣਾ ਨਾ ਚੁੰਨੀ ਮਤਲਬ ਸਿਰ 'ਤੇ ਹੋਣੀ, ਫਿਰ ਚੁੰਨੀ ਸਿਰ ਤੋਂ ਲਾਹ ਕੇ ਇੱਦਾਂ ਮਤਲਬ ਉਹ ਇੱਥੇ ਆ ਗਈ ਗੱਲ ਦੇ ਵਿੱਚ ਹੈ ਨਾ, ਅਤੇ ਹੁਣ ਸਮਾਂ ਬੀਤਣ ਦੇ ਨਾਲ ਕਿਤੇ ਲੱਭਦੀ ਹੀ ਨਹੀਂ ਹੋਈ ਇਹ ਚੁੰਨੀ, ਕਿਤੇ ਲੱਭਦੀ ਹੀ ਹੋਣੀ ਹੈ। ਅਤੇ ਆਮ ਵੇਖਣ ਨੂੰ ਨਾ ਬਹੁਤ ਜ਼ਿਆਦਾ ਮਤਲਬ ਦੁੱਖ ਆਉਂਦਾ ਵਾ ਇਸ ਗੱਲ ਦਾ ਵੀ ਸਾਡੀਆਂ ਧੀਆਂ ਚੁੰਨੀਆਂ ਹੀ ਉੱਡ ਗਈਆਂ ਯਾਰ। ਅਤੇ ਚਲੋ ਉਹ ਵੀ ਗੱਲ ਹੋ ਗਈ, ਹੁਣ ਸਭ ਤੋਂ ਵੱਡੀ ਗੱਲ ਆ ਵੀ ਇੱਜ਼ਤ ਸਮਝੀ ਜਾਂਦੀ ਇੱਕ ਔਰਤ ਘਰ ਦੇ ਵਿੱਚ ਚਾਰ ਦੀਵਾਰੀ ਦੇ ਵਿੱਚ, ਔਰਤ ਨੂੰ ਇੱਜ਼ਤ ਦੇ ਨਾਲ ਮਾਣ ਸਨਮਾਨ ਮਿਲਦਾ। ਅਤੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਹੁਣ ਮੌਜੂਦਾ ਸਮੇਂ ਦੇ ਵਿੱਚ ਸਾਡੀਆਂ ਇੱਜ਼ਤਾਂ ਗਲੀਆਂ ਦੇ ਵਿੱਚ, ਦੁਕਾਨਾਂ ਦੇ ਵਿੱਚ, ਸੜਕਾਂ ਦੇ ਵਿੱਚ, ਚੁਰਾਹਿਆਂ ਦੇ ਵਿੱਚ ਨੱਚਦੀਆਂ ਫਿਰਦੀਆਂ ਆ। ਹੁਣ ਨੱਚਦੀਆਂ ਕਿਵੇਂ ਆ, ਹੁਣ ਸਭ ਤੋਂ ਵੱਡੀ ਗੱਲ ਕਹੀਆਂ ਨੇ ਵੀ ਕਿੱਥੇ ਨੱਚਦੀਆਂ। ਵੇਖੋ ਅਸੀਂ ਮੋਬਾਈਲ ਜਦੋਂ ਦੇਖਦੇ ਹਾਂ ਨਾ, ਅਤੇ ਉਹ ਆਮ ਨੌਜਵਾਨ ਔਰ ਜਿਹੜੀਆਂ ਲੜਕੀਆਂ ਵਾ ਸਾਡੀਆਂ ਖਾਸ ਕਰਕੇ ਸਾਹਮਣੇ ਮੋਬਾਈਲ ਰੱਖ ਲੈਂਦੀਆਂ ਅਤੇ ਵੀਡੀਓ ਬਣਾਉਂਦੀਆਂ ਹੈ ਨਾ, ਉਹਦੇ ਵਿੱਚ ਉਹ ਨਾਚ ਕਰਦੀਆਂ ਵੱਖ ਵੱਖ ਤਰ੍ਹਾਂ ਦਾ। ਅਸੀਂ ਉਹ ਧੀ ਉਹ ਔਰਤ ਜਿਹਨੂੰ ਆਪਾਂ ਕੋਈ ਘਰੇ ਪਰਾਉਣਾ ਵੀ ਆਇਆ ਹੋਵੇ ਨਾ, ਸਾਹਮਣੇ ਨਹੀਂ ਲੈ ਕੇ ਆਉਂਦੇ ਆ, ਅਤੇ ਉਹ ਘਰਾਂ ਦੇ ਵਿੱਚ ਉਹ ਵੇਖੋ ਚੁਰਾਸਤਿਆਂ ਵਿੱਚ ਨੱਚਦੀਆਂ ਫਿਰਦੀਆਂ, ਜਦੋਂ ਹਰ ਇੱਕ ਦੇ ਮੋਬਾਈਲ ਕੋਈ ਚੁਰਸਤੇ 'ਚ ਬੈਠਾ ਵੇਖ ਰਿਹਾ ਵੇਖੋ ਡਾਂਸ ਕਰ ਰਹੀ ਲੜਕੀ ਹੈ ਨਾ, ਕਿਸੇ ਦੁਕਾਨ 'ਚ ਬਹਿ ਕੇ ਦੇਖਣਾ ਹੈ ਨਾ ਡਾਂਸ ਕਰਦੀ ਲੜਕੀ, ਉਹਦਾ ਮਤਲਬ ਇਹੀ ਹੁੰਦਾ ਵੀ ਉਹ ਦੁਕਾਨਾਂ ਦੇ ਵਿੱਚ ਚੁਰਸਤਿਆਂ ਦੇ ਵਿੱਚ ਆਪ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਨਾ ਨੱਚਦੀਆਂ। ਬੜੀ ਦੁੱਖ ਵਾਲੀ ਗੱਲ ਆ, ਬਹੁਤ ਹੀ ਦੁੱਖ ਵਾਲੀ ਗੱਲ ਆ, ਜੋ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ, ਖਾਸ ਕਰਕੇ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਇਹ ਜੋ ਸਾਡੀ ਪੰਜਾਬ ਦੀ ਧਰਤੀ ਆ ਨਾ, ਇੱਥੇ ਤਾਂ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ। ਅਤੇ ਬਾਕੀ ਪਤਾ ਨਹੀਂ ਕਿਉਂ ਇਸ ਬੰਨੇ ਇਹ ਸਾਡੀਆਂ ਧੀਆਂ ਭੈਣਾਂ, ਮੈਂ ਕਿਤੇ ਨਾ ਕਿਤੇ ਕਹਿੰਦਾ ਹੁੰਦਾ ਵਾ ਵੀ ਸਾਡਾ ਆਪਣਾ ਕਸੂਰ ਆ ਹੈ ਨਾ, ਮਾਪਿਆਂ ਦਾ ਕਸੂਰ ਆ, ਕੀ ਗੱਲ ਅਸੀਂ ਦੇਖ ਰਹੇ ਹਾਂ ਇਹ ਉਹਨਾਂ ਦੀਆਂ ਬਣੀਆਂ ਹੋਈਆਂ ਰੀਲਾਂ, ਅਤੇ ਕੀ ਉਹ ਨਹੀਂ ਦੇਖਦੇ। ਮੈਂ ਇੱਕ ਦੋ ਵਾਰ ਗੱਲ ਹੋਈ ਵੀ ਕਿਸੇ ਦੀ, ਚਲੋ ਦੋਸਤੀ ਸੀ ਆਪਣਾ ਉਹਦੀ ਲੜਕੀ, ਜਦੋਂ ਉਦੋਂ ਟਿਕਟੋਕ ਚੱਲਦਾ ਹੁੰਦਾ ਸੀ ਹੈ ਨਾ, ਅਤੇ ਮੈਂ ਉਹ ਇੱਦਾਂ ਮੈਨੂੰ ਕਿਸੇ ਨੇ ਦਿਖਾਇਆ ਵੇਖੋ ਫਲਾਣੀ ਲੜਕੀ ਡਾਂਸ ਕਰ ਰਹੀ ਆ, ਮੇਰੇ ਕੋਲ ਨਹੀਂ ਰਿਹਾ ਗਿਆ ਯਾਰ, ਮੈਂ ਸਾਡੀਆਂ ਵੀ ਧੀ ਆ, ਇਹ ਸਾਡੀ ਧੀ ਆ ਹੈ ਨਾ, ਸਾਡੇ ਦੋਸਤ ਦੀ ਧੀ ਸਾਡੀ ਧੀ ਆ। ਮੈਂ ਫਿਰ ਉਹਨੂੰ ਕਿਹਾ ਅਤੇ ਮੈਂ ਕਿਹਾ ਵੀ ਆਹ ਦੇਖੋ ਆਹ ਸਹੀ ਨਹੀਂ ਆ ਲੱਗਦਾ, ਹੋ ਸਕਦਾ ਉਹਨੇ ਕਿਹਾ ਹੋਵੇ ਜਾ ਕੇ ਵੀ ਤੇਰੇ ਅੰਕਲ ਨੇ ਇਹ ਗੱਲ ਟੋਕੀ ਆ, ਚੰਗਿਆ ਨਹੀਂ ਲੱਗਿਆ। ਹਾਲਾਂਕਿ ਉਹਨੇ ਹਟਣਾ ਕੀ ਸੀ, ਮੈਨੂੰ ਬਲੌਕ 'ਚ ਪਾ ਦਿੱਤਾ ਵੇਖੋ। ਸੋ ਉਹਦੇ ਵਿੱਚ ਇਹ ਗੱਲ ਆ ਵੀ ਅਸੀਂ ਇਹਨਾਂ ਨੂੰ ਜੋ ਸਾਡੇ ਧਰਮ ਦੇ ਠੇਕੇਦਾਰ ਆ, ਮੈਂ ਕਹਿ ਸਕਦਾ ਵਾਂ, ਜੋ ਧਰਮਾਂ ਖਾਤਰ ਲੜਦੇ ਨੇ, ਬੜੀਆਂ ਬੜੀਆਂ ਵੱਡੀਆਂ ਗੱਲਾਂ ਕਰਦੇ ਨੇ, ਥੋੜ੍ਹਾ ਦੇਖ ਲਓ ਵੀ ਸਾਡੇ ਪੰਜਾਬ ਦੇ ਵਿੱਚ ਵੀ ਕੀ ਹੋ ਰਿਹਾ ਵਾ, ਤੁਹਾਡੀ ਸਿੱਖੀ ਦੇ ਵਿੱਚ ਕੀ ਹੋ ਰਿਹਾ। ਸਾਡੀਆਂ ਚੁੰਨੀਆਂ ਹੀ ਵਾਪਸ ਲੈ ਆਓ ਵਾਪਸ, ਜੇ ਅਸੀਂ ਚੁੰਨੀਆਂ ਹੀ ਵਾਪਸ ਲੈ ਆਈਏ ਫਿਰ ਵੀ ਅਸੀਂ ਕੁਝ ਨਾ ਕੁਝ ਤਾਂ ਸੋਚੀਏ ਵੀ ਚੁੰਨੀਆਂ ਵੀ ਵਾਪਸ ਲੈ ਆਈਏ। ਹੋਰ ਪਤਾ ਨਹੀਂ ਬੜੀਆਂ ਬੜੀਆਂ ਗੱਲਾਂ ਨਾਲ ਲੜੀ ਜਾਂਦਾ ਜੀ, ਕੋਈ ਇਹ ਲੜੀ ਜਾਂਦਾ ਮੀਟ ਨਹੀਂ ਖਾਣਾ ਚਾਹੀਦਾ, ਕੋਈ ਕਹਿੰਦਾ ਮੱਛੀ ਨਹੀਂ ਖਾਣੀ ਚਾਹੀਦੀ, ਕੋਈ ਕਹਿੰਦਾ ਅੰਮ੍ਰਿਤ ਛਕ ਕੇ ਆਹ ਕਰਦਾ, ਕੋਈ ਕਹਿੰਦਾ ਤੂੰ ਤੇਰੀ ਦਾੜੀ ਹੋਣੀ, ਤੂੰ ਮੈਨੂੰ ਕਿਉਂ ਪੁੱਛਦਾ, ਉਹ ਕਰ ਲਏ ਉਹ ਗੱਲਾਂ ਹੈ ਵੀ ਪਹਿਲਾਂ ਆਪਣਾ ਘਰ 'ਤੇ ਸਾਂਭ ਲਓ ਯਾਰ ਹੈ ਨਾ। ਅਤੇ ਸੋ ਮੈਂ ਇਹਨਾਂ ਧੀਆਂ ਨੂੰ ਔਰ ਉਹਨਾਂ ਮਾਵਾਂ ਨੂੰ ਜਿਨ੍ਹਾਂ ਦੀਆਂ ਧੀਆਂ ਵਾਂ, ਹੱਥ ਜੋੜ ਕੇ ਬੇਨਤੀ ਕਰਦਾ ਵਾਂ
ਚੁੰਨੀਆਂ ਸਲਾਮਤ ਕਰ ਲਓ, ਚੁੰਨੀਆਂ ਜਿਹੜੀਆਂ ਕਿਤੇ ਗੁੰਮ ਹੋ ਗਈਆਂ ਨਾ, ਵੇਖੋ ਕਿਤੇ ਇੱਧਰ ਉੱਧਰ ਝਾਤ ਮਾਰ ਕੇ ਕਿਸੇ ਕੋਨੇ ਵਿੱਚ ਪਈ ਤੁਹਾਡੀ ਧੀ ਦੀ ਚੁੰਨੀ, ਉਹਦਾ ਸਿਰ ਕੱਜ ਦਿਓ। ਔਰ ਜੋ ਸਾਡੀਆਂ ਬਜ਼ੁਰਗ ਸਾਡੀਆਂ ਦਾਦੀਆਂ ਉਹਨਾਂ ਦੇ ਕੋਲ ਬੈਠ ਕੇ ਵੇਖੋ ਚੁੰਨੀ ਦੀ ਕੀ ਮਹੱਤਤਾ ਸੀਗੀ। ਮਾਈ ਭਾਗੋ ਜੀ, ਹੁਣੇ ਮੈਂ ਲਕਸ਼ਮੀ ਬਾਈ ਨੂੰ ਤਾਂ ਦੇਖ ਰਿਹਾ ਸੀਗਾ, ਜਿਸ ਦੀ ਪੜ੍ਹ ਰਿਹਾ ਸੀਗਾ, ਅਤੇ ਵੇਖੋ ਆਪਣਾ ਬੱਚਾ ਮਗਰ ਰੱਖ ਕੇ ਜੰਗ ਦੇ ਵਿੱਚ ਜੂਝ ਪਈ ਸੀਗੀ ਉਹ, ਹੈ ਨਾ, ਅਤੇ ਉਹ ਵੀ ਤਾਂ ਇੱਕ ਔਰਤ ਸੀ ਨਾ। ਅਤੇ ਅੱਜ ਸਾਡੀਆਂ ਔਰਤਾਂ, ਸਾਡੇ ਬੱਚੇ, ਸਾਡੇ ਪੰਜਾਬ 'ਚ ਕੀ ਹੋ ਰਿਹਾ, ਕੋਨਿਆਂ ਦੇ ਵਿੱਚ ਨਾਚ ਹੋ ਰਿਹਾ ਮੋਬਾਇਲ ਸਾਹਮਣੇ, ਕਾਹਦੇ ਵਾਸਤੇ, ਵਿਊ ਵਧਾਉਣ ਵਾਸਤੇ। ਮੈਂ ਤਾਂ ਕਹਿੰਦਾ ਵਾ ਵੇਖੋ ਜਿਹੜੇ ਇਹ ਕਮੈਂਟ ਵਧਾਉਣ ਵਾਸਤੇ ਇੱਦਾਂ ਦੀਆਂ ਸਾਡੀਆਂ ਧੀਆਂ ਭੈਣਾਂ ਕੰਮ ਕਰਦੀਆਂ, ਸਾਰੇ ਧਰਮ ਦੇ ਜੋ ਠੇਕੇਦਾਰ, ਮੈਂ ਉਹਨਾਂ ਨੂੰ ਕਹਿਣਾ ਵੀ ਜੇ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਹੈ ਨਾ, ਤੁਸੀਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੋ, ਉਹਨਾਂ ਦੀ ਐਜੂਕੇਸ਼ਨ ਵੱਲ ਧਿਆਨ ਦਿਓ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੋ, ਤਾਂ ਕਿ ਉਹਨਾਂ ਨੂੰ ਇਹ ਕੰਮ ਨਾ ਕਰਨੇ ਪੈਣ। ਔਰ ਮੈਂ ਇਹਨਾਂ ਨੂੰ ਅਪੀਲ ਕਰਨਾ ਚਾਹੁੰਦਾ, ਸਾਡੀਆਂ ਜੋ ਬੇੜੀਆਂ, ਖਾਸ ਕਰਕੇ ਸਾਡੇ ਪੰਜਾਬ ਦੀਆਂ, ਜੋ ਤੁਸੀਂ ਘਰਾਂ ਵਿੱਚ ਬੈਠ ਕੇ ਔਰ ਵੀਡੀਓ ਬਣਾ ਕੇ ਨੈੱਟ 'ਤੇ ਪਾਉਂਦੇ ਜੇ ਨਾ, ਬੜੇ ਗਲਤ ਕਮੈਂਟ ਆਉਂਦੇ ਆ। ਇਸ ਕਰਕੇ ਪੰਜਾਬ ਜਿਹੜਾ ਵਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਨਹੀਂ ਆਉਣਾ ਚਾਹੀਦਾ, ਇੱਥੇ ਨਹੀਂ ਆਉਣਾ ਚਾਹੀਦਾ, ਇੱਥੇ ਨਹੀਂ ਆਉਣਾ ਚਾਹੀਦਾ।